ਵੀ ਹੁਣ ਇਹ ਬਰਦਾਸ਼ਤ ਨਹੀਂ ਹੋਊਗਾ ਜੇ ਗਵਰਨਮੈਂਟ ਨੇ ਸਾਡੇ ਨਾਲ ਕੋਈ ਵੀ ਇਸ ਤਰ੍ਹਾਂ ਕੋਈ ਇੱਕਦਮ ਸੜਨ ਨਹੀਂ ਕੋਈ ਸਾਡੇ ਤੇ ਲਾਕਡਾਊਨ ਲਾਇਆ ਅਥਰਫਿਉ ਲਾਇਆ ਇੰਡਸਟਰੀ ਬੰਦ ਕਰਨ ਨੂੰ ਕਿਹਾ ਤਾਂ ਫਿਰ ਅਸੀਂ ਗਵਰਨਮੈਂਟ ਦੇ ਰੂਲ ਅਸੀਂ ਫੋਲੋ ਨਹੀਂ ਕਰਾਂਗੇ ਤੁਗਲ ਕੀ ਫਰਮਾਨ ਉਹ ਕੋਈ ਅਸੀਂ ਇਹਨਾਂ ਨੂੰ ਟੋਇਲਟ ਨਹੀਂ ਕਰਾਂਗੇ ਅਸੀਂ ਵੀ ਇਹਨਾਂ ਨੂੰ ਫਿਰ ਕਰਾਰਾ ਜਵਾਬ ਦੇਵਾਂਗੇ ਚਾਹੇ ਸਰਕਾਰ ਸਟੇਟ ਦੀ ਹੋਵੇ ਚਾਹੇ ਸੈਂਟਰ ਦੀ ਹੋਵੇ ਕਿ ਅਸੀਂ ਕਰੋਨਾ ਤੋਂ ਤਾਂ ਬਚ ਗਏ ਪਟਕਦੇ ਕਿਤੇ ਗਵਰਨਮੈਂਟ ਦੇ ਜਿਹੜੀਆਂ ਪਾਲਿਸੀਆਂ ਸੀ ਜਿਹੜੀਆਂ ਸਟ੍ਰੈਟਜੀਆ ਸੀ ਉਹਨਾਂ ਨੇ ਸਾਨੂੰ ਮਾਰਤਾ ਅੱਜ ਜਿਹੜੀ ਹੋਟਲ ਇੰਡਸਟਰੀ ਪੂਰੀ ਤਰ੍ਹਾਂ ਸਿੱਕ ਹੋ ਚੁੱਕੀ ਹੈ ਇਹ ਸਾਡੇ ਵਾਸਤੇ ਬੜੀ ਹੀ ਮਾਰੀ ਗੱਲ ਹੈ ਜੇ ਅਸੀਂ ਕਹੀਏ ਵੀ ਅਸੀਂ ਬੈਂਕਰਪਟ ਹੋ ਗਏ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਲਗਾਤਾਰ ਕੋਵਿਡ ਦੇ ਮਰੀਜ਼ ਵਧਦੇ ਜਾ ਰਹੇ ਆ ਦਿੱਲੀ ਦੀ ਗੱਲ ਕਰ ਲਈਏ ਦਿੱਲੀ ਵਿੱਚ ਵੀ ਪਾਬੰਦੀਆਂ ਲੱਗੀਆਂ ਜਿਹੜੇ ਹੋਟਲ ਰੈਸਟੋਰੈਂਟ ਤੇ ਬਾਹਰ ਤੇ ਜਿਮ ਜਿਹੜੇ ਬੰਦ ਕਰ ਦਿੱਤੇ ਗਏ ਆ ਤਾਂ ਹੁਣ ਪੰਜਾਬ ਦੇ ਵਿੱਚ ਵੀ ਜਿਹੜੇ कोरोना ਦੇ ਮਰੀਜ਼ ਹੈ ਲਗਾਤਾਰ ਵੱਧ ਰਿਹਾ ਬਠਿੰਡਾ ਦੀ ਗੱਲ ਕਰ ਲਈ ਬਠਿੰਡਾ ਵਿੱਚ ਪਿਛਲੇ 2 ਦਿਨਾਂ ਤੋਂ 200 ਦੇ ਕਰੀ ਮਰੀਜ਼ ਆ ਰਹੇ ਤਾਂ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਵੱਡਾ ਨੁਕਸਾਨ ਹੋਟਲ ਇੰਡਸਟਰੀ ਨੂੰ ਪਿਛਲੇ ਕੋਰੋਨਾ ਕਾਲ ਚ ਵੀ ਹੋਇਆ ਤੇ ਇਸ ਵਾਰ ਵੀ ਨੁਕਸਾਨ ਹੋ ਰਿਹਾ ਕਿਉਂਕਿ ਇਹ ਦੇਖ ਰਿਹਾ ਹਾਂ ਸਾਰੇ ਹੋਟਲ ਇੰਡਸਟਰੀ ਨਾਲ ਜੁੜੇ ਹੋਏ ਜਿਹੜੇ ਲੋਕ ਹੈਗੇ ਨੇ ਇਹਨਾਂ ਦੇ ਵੱਖ-ਵੱਖ ਤਰ੍ਹਾਂ ਦੇ ਹੋਟਲ ਨੇ ਇਹ ਹੋਟਲਾਂ ਚ ਜਿਹੜੀਆਂ ਬੁਕਿੰਗਸ ਅਡਵਾਂਸ ਕੀਤੀਆਂ ਹੋਈਆਂ ਉਹ ਵੀ ਰੱਦ ਹੋਈਆਂ ਨੇ ਤੇ ਜਿਹੜੇ ਪ੍ਰੋਗਰਾਮ ਇਹ ਸੀਜ਼ਨ ਦੇ ਵਿੱਚ ਆਣੇ ਸੀ ਉਹ ਵੀ ਰੱਦ ਹੋਏ ਆ ਸਰਕਾਰ ਤੋਂ ਉਮੀਦਾਂ ਸੀਗੀਆਂ ਕਿ ਸਰਕਾਰ ਰਾਹਤ ਦੇਊਗੀ ਨਾਤਾ ਰਾਹਤ ਇਹਨਾਂ ਨੂੰ ਹੋਟਲ ਇੰਡਸਟਰੀ ਨੂੰ ਪਿਛਲੇ ਕਾਂਗਰਸ ਸਰਕਾਰ ਤੋਂ ਮਿਲੀ ਨਾ ਕੇਂਦਰ ਸਰਕਾਰ ਤੋਂ ਮਿਲੀ ਤਾਂ ਹੁਣ ਫੇਰ ਇੱਕ ਵਾਰੀ ਹੋਟਲ ਇੰਡਸਟਰੀ ਤੇ ਵੱਡਾ ਜਿਹੜਾ ਕੋਵਿਡ ਦਾ ਖਤਰਾ ਜਿਹੜਾ ਪੂਰੇ ਦੇਸ਼ ਤੇ ਬਣ ਰਿਹਾ ਹੈ ਮਰੀਜ਼ ਵੱਧ ਰਿਹਾ ਹੈ ਪਰ ਹੋਟਲ ਇੰਡਸਟਰੀ ਤੇ ਵੀ ਵੱਡਾ ਨੁਕਸਾਨ ਜਿਹੜਾ ਹੋ ਰਿਹਾ ਵੱਡੇ ਘਾਟੇ 'ਚ ਜਾ ਰਹੀ ਹੈ ਸਾਡੇ ਨਾਲ ਪੰਜਾਬ ਦੇ ਪ੍ਰਧਾਨੇ ਸਤਿਸ਼ ਰੋੜਾ ਜਿਹੜੇ ਹੋਟਲ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਪੰਜਾਬ ਦੇ ਅ ਰੋੜਾ ਸਾਹਿਬ ਫੇਰ ਉਹੀ ਦੁਬਾਰੇ ਕੰਮ ਚੱਲ ਪਿਆ ਪਿਛਲੇ ਨੁਕਸਾਨ ਤੋਂ ਓਵਰ ਪਾਈ ਸੀ ਤੁਸੀਂ ਅਗਰ ਮੈਂ ਗੱਲ ਕਰਾਂ ਕੋਵਿਡ-19 ਆ 1947 1947 ਤੋਂ ਬਾਅਦ ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ ਅਗਰ ਹੋਟਲ ਇੰਡਸਟਰੀ ਨੇ ਐਡਾ ਵੱਡਾ ਕ੍ਰਾਈਸਿਸ ਦੇਖਿਆ ਹੈ ਤਾਂ ਇਹ 2020 ਵਿੱਚ ਦੇਖਿਆ ਹੈ ਬਟ ਜੇ ਅਸੀਂ ਗੱਲ ਕਰੀਏ ਅਸੀਂ ਕਰੋਨਾ ਤੋਂ ਤਾਂ ਬਚ ਗਏ ਬਟ ਕਿਤੇ ਕਿਤੇ ਗਵਰਨਮੈਂਟ ਦੀਆਂ ਜਿਹੜੀਆਂ ਪਾਲਿਸੀਆਂ ਸੀ ਜਿਹੜੀਆਂ ਸਟ੍ਰੈਟਜੀਆ ਸੀ ਉਹਨਾਂ ਨੇ ਸਾਨੂੰ ਮਾਰਤਾ ਅੱਜ ਜਿਹੜੀ ਹੋਟਲ ਇੰਡਸਟਰੀ ਹੈ ਪੂਰੀ ਤਰ੍ਹਾਂ ਸਿੱਖ ਹੋ ਚੁੱਕੀ ਹੈ ਇਹ ਸਾਡੇ ਵਾਸਤੇ ਬੜੀ ਹੀ ਮਾੜੀ ਗੱਲ ਹੈ ਜੇ ਅਸੀਂ ਕਹੀਏ ਵੀ ਅਸੀਂ ਬੈਂਕਰਪਟ ਹੋ ਗਏ ਦਿਵਾਲੀਆ ਹੋ ਗਏ ਬੜੀ ਸਾਡੇ ਵਾਸਤੇ ਇਹ ਇੱਕ ਸ਼ਰਮ ਦੀ ਗੱਲ ਹੈ ਪਰ ਅਸੀਂ ਹੁਣ ਕੀ ਕਰੀਏ ਸਾਨੂੰ ਇਹ ਕਹਿਣਾ ਪੈ ਰਿਹਾ ਵੀ ਅਸੀਂ ਜਿਹੜਾ ਬੈਂਕਰਪਟ ਹੋ ਚੁੱਕੇ ਹਾਂ ਪਹਿਲਾਂ ਵੀ ਗਵਰਨਮੈਂਟ ਦੀਆਂ ਜਿੱਥੇ ਨੈਗਲੀਜੈਂਸੀਆਂ ਸੀਗੀਆਂ ਕਿਉਂਕਿ ਗਵਰਨਮੈਂਟ ਨੂੰ ਜਿਹੜੀ ਹੋਟਲ ਇੰਡਸਟਰੀ ਹੈ ਆਪਣੇ ਆਪ ਚ ਇੱਕ ਬਹੁਤ ਵੱਡੀ ਇੰਡਸਟਰੀ ਹੈ ਇਹ ਚ ਬਹੁਤ ਵੱਡਾ ਇਨਫਰਾਸਟ੍ਰਕਚਰ ਹੈ এমਪਲాయਮੈਂਟ ਬਹੁਤ ਹੈ ਇਹਨੂੰ ਬੰਦ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈਗਾ ਕਿਉਂਕਿ ਇਹ এমਪਲాయਮੈਂਟ ਐਡੇ ਵੱਡੇ ਲੈਵਲ ਤੇ ਹੁੰਦਾ ਹੈ ਜੇ ਅੱਜ ਅਸੀਂ ਗੱਲ ਕਰਦੇ ਆਂ ਤਾਂ ਤਕਰੀਬਨ ਕੱਲੇ ਪੰਜਾਬ ਦੇ ਵਿੱਚ 10-11 ਲੱਖ ਫੈਮਿਲੀ ਇਸ ਬਿਜ਼ਨਸ ਨਾਲ ਜੁੜੀ ਹੈਗੀ ਹੈ ਹੁਣ 10-11 ਫੈਮਿਲੀ ਨੂੰ ਇਮੀਡੀਏਟ ਜਵਾਬ ਦੇਣਾ ਬੜਾ ਮੁਸ਼ਕਲ ਹੁੰਦਾ ਹੈਗਾ ਲਾਸਟ ਟਾਈਮ ਨੂੰ ਅਸੀਂ ਗਵਰਨਮੈਂਟ ਨੂੰ ਇਹੀ ਕਿਹਾ ਸੀ ਵੀ ਸਾਨੂੰ ਹਰ ਚੀਜ਼ ਨੂੰ ਅਗਰ ਦੀ ਆਪਾਂ ਇਹਨੂੰ ਨਵੇਂ ਨੋਰਮਸ ਆ ਰਹੇ ਆ ਜੇ ਆਪਾਂ ਇਹਨੂੰ ਮਿਨੀਮਾਈਜ਼ ਕਰਨਾ ਹੈ ਜਾਂ ਇਹਨੂੰ ਬੰਦ ਕਰਨਾ ਸਾਨੂੰ ਟਾਈਮ ਤਾਂ ਦਿੱਤਾ ਜਾਵੇ ਨਾ ਏਟਲੀਸਟ ਜਦੋਂ ਵੀ ਕੋਈ ਗਾਈਡਲਾਈਨ ਆਉਂਦੀ ਹੈ ਸਾਡੀ ਇੰਡਸਟਰੀ ਨੂੰ ਬੁਲਾਇਆ ਜਾਵੇ ਵੀ ਗਵਰਨਮੈਂਟ ਦਾ ਇਸ ਤ ਗਵਰਨਮੈਂਟ ਨੇ ਜੋ ਪਿਛਲੀ ਵਾਰੀ ਗਲਤੀਆਂ ਕੀਤੀਆਂ ਸੀ ਉਹ ਸੇਮ ਹੁਣ ਰਿਪੀਟ ਕਰ ਰਹੀ ਹੈ ਬਟ ਹੁਣ ਅਸੀਂ ਇਹ ਗਵਰਨ ਨੂੰ ਕਹਿ ਦੇਣਾਗਾ ਇਹ ਗੱਲ ਵੀ ਹੁਣ ਇਹ ਬਰਦਾਸ਼ਤ ਨਹੀਂ ਹੋਊਗਾ ਜੇ ਗਵਰਨਮੈਂਟ ਨੇ ਸਾਡੇ ਨਾਲ ਕੋਈ ਵੀ ਇਸ ਤਰ੍ਹਾਂ ਕੋਈ ਇੱਕਦਮ ਸਡਨਲੀ ਕੋਈ ਸਾਡੇ ਤੇ ਲਾਕਡਾਊਨ ਲਾਇਆ ਕਰਫਿਊ ਲਾਇਆ ਇੰਡਸਟਰੀ ਬੰਦ ਕਰਨ ਨੂੰ ਕਿਹਾ ਤਾਂ ਫਿਰ ਅਸੀਂ ਗਵਰਨਮੈਂਟ ਦੇ ਰੂਲਸ ਅਸੀਂ ਫਾਲੋ ਨਹੀਂ ਕਰਾਂਗੇ ਅਸੀਂ ਹੁਣ ਵੀ ਕਹਿ ਰਹੇ ਹਾਂ ਗਵਰਨਮੈਂਟ ਸਾਨੂੰ ਟਾਈਮ ਦੇਵੇ ਸਾਡੇ ਆ ਬੈਠੇ ਡਿਸਕਸ ਕਰ ਰਹੇ ਅਸੀਂ ਕਿ ਪਾਲਿਸੀ ਬਣਾਨੇ ਆ ਪਲਾਨ ਕਰਨੇ ਆ ਫਿਰ ਉਹਦੇ ਹਿਸਾਬ ਨਾਲ ਚੱਲਾਂਗੇ ਅਸੀਂ ਇਹ ਨਹੀਂ ਕਹਿੰਦੇ ਵੀ ਜੇ ਹਾਲਾਤ ਖਰਾਬ ਹੁੰਦੇ ਆ ਵੀ ਲਾਕਡਾਊਨ ਮਾਰਾ ਹੈ ਬਟ ਇਹ ਇੱਕ ਸਿਸਟਮ ਨਾਲ ਇੰਪਲੀਮੈਂਟ ਹੋਣਾ ਚਾਹੀਦਾ ਹੈਗਾ ਕਿਉਂਕਿ ਪਹਿਲਾਂ ਜਿਹੜਾ ਗਵਰਨ ਜਿਹੜਾ ਸਾਡੀ ਹੋਟਲ ਇੰਡਸਟਰੀ ਨੂੰ ਤਕਰੀਬਨ 10000 ਕਰੋੜ ਰੁਪਏ ਦਾ ਲਾਸਸ ਕੱਲਾ ਪੰਜਾਬ ਦੇ ਵਿੱਚ ਹੋਇਆ ਸੀਗਾ ਅੱਲੀ ਅਸੀਂ ਉਹ ਤੋਂ ਪੂਰੀ ਤਰ੍ਹਾਂ ਉਬਰੇ ਨਹੀਂ ਆ ਅਸੀਂ ਹਮੇਸ਼ਾ ਇਹਨਾਂ ਨੂੰ ਰਿਕੁਐਸਟ ਕਰਦੇ ਰਹੇਗੇ ਸਟੇਟ ਨੂੰ ਵੀ ਸੈਂਟਰ ਨੂੰ ਵੀ ਜਿੱਥੇ ਸੈਂਟਰ ਗਵਰਨਮੈਂਟ ਟੂਰਿਜ਼ਮ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੀ ਸੀ ਉਹਨੇ ਸਾਡੇ ਨਾਲ ਇੱਕ ਮੀਟਿੰਗ ਵੀ ਨਹੀਂ ਕੀਤੀ ਨਾ ਸਟੇਟ ਨੇ ਕੀਤੀ ਨਾ ਸੈਂਟਰ ਨੇ ਕੀਤੀ ਗਈ ਜਦ ਕਿ ਅਸੀਂ ਗਵਰਨਮੈਂਟ ਨੂੰ ਮੈਕਸਿਮ ਜਿਹੜਾ ਜੀਐਸਟੀ ਪੇ ਕਰਦੇ ਆ ਜਿਹੜੀ ਹੋਟਲ ਇੰਡਸਟਰੀ ਆਪਣੇ ਆਪ ਚ ਜਿਹੜੀ ਜੇ ਅਸੀਂ ਰੈਵਨਿਊ ਦੀ ਗੱਲ ਕਰੀਏ ਤਾਂ ਮੈਕਸਿਮ ਜੀਐਸਟੀ ਜਨਰੇਟ ਕਰਦੀ ਆ এমਪਲॉयਮੈਂਟ ਜੇਡ ਕਰਦੀ ਆ ਟੂਰਿਜ਼ਮ ਨੂੰ ਪ੍ਰੋਮੋਟ ਕਰਦੀ ਆ ਆਪਣੇ ਆਪ ਗਵਰਨਮੈਂਟ ਨੂੰ ਹਮੇਸ਼ਾ ਦਿੰਦੀ ਆ ਇੱਕ ਕਮ ਸੋ ਗਵਰਨਮੈਂਟ ਦੁਆਰਾ ਫਿਰ ਹੁਣ ਉਸੇ ਤਰ੍ਹਾਂ ਦੇ ਨਾਲ ਪਲੈਨਿੰਗ ਕਰ ਰਹੀ ਹੈ ਕਿ ਲਾਕਡਾਊਨ ਵਗੈਰਾ ਲਗਾਉਂਦੀ ਅਸੀਂ ਫਿਰ ਰਿਕੁਐਸਟ ਕਰਦੇ ਹਾਂ ਕਿ ਇਹਨੂੰ ਬੈਠ ਕੇ ਸਟ੍ਰੈਟਜੀ ਬਣਾਈ ਜਾਵੇ ਫਿਰ ਇਹਨੂੰ ਇੰਪਲੀਮੈਂਟ ਕੀਤਾ ਜਾਵੇ ਦਿੱਲੀ ਦੇ ਵਿੱਚ ਜਿਹੜਾ ਬੰਦ ਕਰ ਦਿੱਤਾ ਹੈ ਤੁਹਾਨੂੰ ਲੱਗਦਾ ਪੰਜਾਬ ਦੇ ਵਿੱਚ ਕਿਉਂਕਿ ਪੀਐਮ ਦੀ ਮੀਟਿੰਗ ਹੈਗੀ ਹੈ ਜੇਕਰ ਇਹ ਫੈਸਲਾ ਲਿਆ ਜਾਂਦਾ ਤਾਂ ਕਿੰਨੇ ਵੱਡੇ ਨੁਕਸਾਨ 'ਚ ਜਾਉਂਗੇ ਸਰ ਲਾਸ ਦਾ ਐਤਕੀ ਤਾਂ ਪਿਛਲੀ ਵਾਰ ਤਾਂ ਅਸੀਂ ਬਚ ਗਏ ਪਰ ਹੁਣ ਸਾਨੂੰ ਨਹੀਂ ਲੱਗਦਾ ਜੇ ਦੁਆਰਾ ਇਹ ਬੰਦ ਕੀਤਾ ਗਿਆ 10000 ਕਰੋੜ ਰੁਪਏ ਦਾ ਲਾਸ ਹੋਇਆ ਸੀ ਤੇ تقریبا 500 ਯੂਨਿਟ ਜਿਹੜੇ ਸਿੱਖ ਹੋਏ ਸੀ ਕ੍ਰਪਤ ਹੋਏ ਸੀ ਇਹ ਤੇ 2000 ਹੋਟਲ ਜਿਹੜਾ ਪੰਜਾਬ ਚ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ ਸ਼ਟਡਾਊਨ ਹੋ ਗਿਆ ਸੀਗਾ ਜੇ ਹੁਣ ਦੁਬਾਰਾ ਫਿਰ ਉਸ ਤਰ੍ਹਾਂ ਦਾ ਸੀਨ ਰਿਹਾ ਤੇ ਨੈਚੁਰਲੀ ਜਿਹੜੀ ਬਚੀ ਖੁਚੀ ਇੰਡਸਟਰੀ ਹੈ ਇਹ ਪੂਰੀ ਤਰ੍ਹਾਂ ਬੰਦ ਹੋ ਜੂਗੀ ਤੇ ਜਿਹੜੇ ਸਾਡੇ ਇਮਪਲਾਈ ਇਮਪਲॉयਮੈਂਟ ਸਾਡੇ ਨਾਲ ਜੁੜਿਆ ਤਾਂ ਨੈਚੁਰਲੀ ਉਹਨਾਂ ਦਾ ਫਿਊਚਰ ਜਿਹੜਾ ਹੈਗਾ ਬਹੁਤ ਡਾਰਕ ਹੋ ਜਾਏਗਾ ਇੱਕ ਅਜਿਹੇ ਹਾਲਾਤ ਪੈਦਾ ਹੋ ਜਾਣਗੇ ਇੱਕ ਐਮਰਜੈਂਸੀ ਵਾਲੇ ਹਾਲਾਤ ਪੈਦਾ ਹੋ ਜਾਣਗੇ ਕਿ ਜਿਹੜੀ ਅਸੀਂ ਪਹਿਲਾਂ ਐਮਰਜੈਂਸੀ ਦੇਖੀ ਹੈ ਉਹ ਕੁਝ ਵੀ ਨਹੀਂ ਹੋਏਗੀ ਜਿਹੜੀ ਇਹ ਐਮਰਜ ਹੁਣ ਲੱਗ ਰਹੀ ਹੈਗੀ ਸੋ ਫਿਰ ਅਸੀਂ ਤਾਂ ਹੁਣ ਇਹੀ ਕਹਿੰਦੇ ਆ ਵੀ ਗਵਰਨਮੈਂਟ ਚਾਹੇ ਵੀ ਸਟੈਪ ਲਵੇ ਬੜਾ ਸੋਚ ਸਮਝ ਕੇ ਪਲੈਨਿੰਗ ਕਰਕੇ ਹੁਣ ਜਿਹੜੇ ਇਹ ਕੋਵਿਡ ਜਿਹੜਾ ਹੁਣ ਚੱਲਦਾ ਪਿਆ ਸਰਕਾਰ ਨੇ ਜਿਹੜੀ ਹੁਣ ਚਾਹੇ ਰਾਤ ਨੂੰ ਕਰਫਿਊ ਲੱਗਿਆ ਹੋਇਆ ਆ 50% ਦੀ ਕਪੈਸਿਟੀ ਕਿੰਨੇ ਕੁ ਪ੍ਰੋਗਰਾਮ ਕੈਨਸਲ ਕਿੰਨੇ ਕੁ ਹੋਏ ਪ੍ਰੋਗਰਾਮ ਤਕਰੀਬਨ ਪੰਜਾਬ ਦੀ ਜੇ ਮੈਂ ਗੱਲ ਕਰਾਂ ਤਾਂ 4000 ਪ੍ਰੋਗਰਾਮ ਜਿਹੜੇ ਸੀਗੇ ਵੱਡੇ ਪ੍ਰੋਗਰਾਮ ਉਹ ਕੈਨਸਲ ਹੋ ਚੁੱਕੇ ਆ ਔਰ ਆਉਣ ਵਾਲੇ ਟਾਈਮ 'ਚ ਜਿਹੜਾ ਦੂਜੇ ਛੋਟੇ ਛੋਟੇ ਪ੍ਰੋਗਰਾਮ ਰਹਿ ਗਏ ਆ ਹਾਫ ਆਫ ਦਾ ਕਪੈਸਿਟੀ ਨਾਲ ਜਿਵੇਂ ਗਵਰਨਮੈਂਟ ਕਹਿ ਰਹੀ ਹੈਗੀ ਆ ਉਹ ਵੀ ਲੋਕ ਕਨਸਿਡਰ ਕਰ ਰਹੇ ਆ ਲੋਕਾਂ 'ਚ ਕਿਤੇ ਨਾ ਕਿਤੇ ਇੱਕ ਦਹਿਸ਼ਤ ਤੇ ਟੈਰਰ ਦਾ ਮਾਹੌਲ ਪੈਦਾ ਹੋ ਰਿਹਾ ਹੈਗਾ ਹੁਣ ਸਾਡੇ ਲੋੜ ਹੀ ਨਹੀਂ ਐਨੇ ਫੈਸਟੀਵਲ ਸੀ ਜਿਹੜੇ ਹੋਟਲਾਂ 'ਚ ਆਲਮੋਸਟ 90% ਜਿਹੜੀਆਂ ਬੁਕਿੰਗਸ ਹੈਗੀਆਂ ਲੋੜੀ ਸੈਲੀਬ੍ਰੇਸ਼ਨ ਦੀਆਂ ਉਹ ਸਾਰੀਆਂ ਦੀ ਸਾਰੀਆਂ ਕੈਨਸਲ ਹੋ ਚੁੱਕੀਆਂ ਹੈਗੀਆਂ ਰਾਹਤ ਪੈਕੇਜ ਦੀ ਗੱਲ ਹੁੰਦੀ ਹੈ ਜੀ ਸਰਕਾਰਾਂ ਦੇ ਉੱਤੇ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਹੋਟਲ ਇੰਡਸਟਰੀ ਨੂੰ ਕੋਈ ਮਿਲਿਆ ਹੁਣ ਤੱਕ ਪੰਜਾਬ ਸਰਕਾਰ ਤੋਂ ਜਾਂ ਕੇਂਦਰ ਸਰਕਾਰ ਤੋਂ ਕੋਈ ਕਿਸੇ ਤਰੀਕੇ ਨਾਲ ਰੀਲੀਫ ਕੋਈ ਰੀਲੀਫ ਨਹੀਂ ਮਿਲਿਆ ਜੀ ਕਿਸੇ ਵੀ ਤਰੀਕੇ ਦਾ ਕੋਈ ਰੀਲੀਫ ਨਹੀਂ ਮਿਲਿਆ ਅਸੀਂ ਬਥੇਰੀਆਂ ਚਿੱਠੀਆਂ ਲਿਖੀਆਂ ਬਥੇਰੀਆਂ ਫੋਨ ਕੀਤੇ ਨੇ ਬਥੇਰੀਆਂ ਕੋਸ਼ਿਸ਼ਾਂ ਕੀਤੀਆਂ ਕਿ ਸਾਨੂੰ ਅਸੀਂ ਬਣਾ ਕੇ ਦਿੱਤਾ ਸਾਨੂੰ ਇੰਨਾ-ਇੰਨਾ ਲਾਸ ਹੋ ਰਿਹਾ ਜਿਵੇਂ ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ 10 ਕਰੋੜ ਦਾ ਲਾਸ 10000 ਕਰੋੜ ਦਾ ਲਾਸ ਹੋਇਆ ਬਹੁਤ ਲਾਸ ਹੋ ਗਿਆ ਜੀ ਸਾਨੂੰ ਜੇ ਅਜਾ ਲਾਸ ਚੱਲਦਾ ਰਿਹਾ ਤਾਂ ਇੱਕ ਦਿਨ ਇਹ ਸਾਰੇ ਇੰਡਸਟਰੀ ਸ਼ਟਡਾਊਨ ਹੋ ਜੂਗੀਆਂ ਸੈਲਰੀਆਂ ਵੀ ਪੂਰੀਆਂ ਨਹੀਂ ਹੋਈਆਂ ਮਤਲਬ ਲੋਕਾਂ ਨੂੰ ਜਿਸ ਨੂੰ ਅਸੀਂ ਕਹਿੰਦੇ ਘਰੇ ਚਲੇ ਜਾਓ ਤਾਂ ਉਹ ਬਹੁਤ ਤਕਲੀਫ ਹੁੰਦੀ ਹੈ ਮਤਲਬ ਸੈਲਰੀਆਂ ਵੀ ਜੇਬਾਂ 'ਚ ਜੋ ਕਿੰਨੀ ਦੇਰ ਤੱਕ ਭਰੀ ਜਾਈਏ ਸਰਕਾਰਾਂ ਦੇ ਹੋਰ ਬਿਜਲੀ ਦੇ ਬਿੱਲ ਕੋਈ ਹਾਊਸ ਟੈਕਸ ਕਿਸੇ ਨੇ ਕੋਈ ਆਏ ਤੱਕ ਨਹੀਂ ਹੈ ਕਿ ਹਾਊਸ ਟੈਕਸ ਮਾਫ ਕੀਤਾ ਜਾਵੇ ਹਰ ਇੱਕ ਚੀਜ਼ ਪਰਵਾਈ ਹੈ ਸਰਕਾਰ ਨੇ ਬਿਲਕੁਲ ਜੀ ਹਾਲਾਤ ਫੇਰ ਉਹੀ ਹੋ ਰਹੇ ਆ ਕਿੰਨੀ ਟੈਨਸ਼ਨ ਵਧ ਗਈ ਹੈ ਹੁਣ ਇਹ ਕੋਵਿਡ ਦਾ ਜਿਹੜਾ ਸੀਜ਼ਨ ਚੱਲਦਾ ਪਿਆ ਮਰੀਜ਼ ਵਧ ਰਹੇ ਕਿੰਨੀ ਪਰੇਸ਼ਾਨੀ ਵਧ ਗਈ ਥੋੜੀ ਹੈ ਪਰੇਸ਼ਾਨੀ ਤਾਂ ਇਦਾਂ ਹੈ ਜੀ ਜਿਹੜਾ ਗੈਸਟ ਹੈ ਜਿਹੜਾ ਕੋਈ ਆਪਣਾ ਬੁਕਿੰਗ ਕਰਾਣ ਆਂਦਾ ਹੈ ਉਹ ਖੁਦ ਪਰੇਸ਼ਾਨ ਹੈ ਕਿ ਮੈਂ ਬੁਕਿੰਗ ਕੈਨਸਲ ਕਰਾਂ ਕਿ ਬੁਕਿੰਗ ਰੱਖਾਂ ਜੇ ਰੱਖਦਾ ਹੈ ਤਾਂ ਸਭ ਨੂੰ ਇਨਵੀਟੇਸ਼ਨ ਦੇਣਾ ਤੇ ਮੌਕੇ ਤੇ ਕਹਿੰਦੇ ਜੀ ਕਰਫਿਊ ਲੱਗ ਗਿਆ ਜਾਂ ਗੈਦਰਿੰਗ ਅੱਧੀ ਰਹਿ ਗਈ ਤਾਂ ਕਿਹਨੂੰ ਇਨਵਾਈਟ ਕਰੀਏ ਕਿਸਨੂੰ ਨਾ ਕਰੀਏ ਤਾਂ ਸਾਡੇ